का पक्का गाँव जोड़खेड़ा में। पति पत्नी मारे है प्रमोद सिंह, एक ही वजह रंजिश है की सी? मेरे घर दे नाल गलत सी बंदा। ये ताडे घर दे नाल संबंध रखे दा सी? हांजी जी, मैंने धमकियां दिंदा सी। ते फिर तुसी इहनां मौत दे घर तों क्यों तारिया, इहनां नूं क्यों मारिया गया? ये जी मैनूं बहुत तंग करदा सी, इहनां मैं तुहानूं छड्डना नहीं, मैं कर दूंगा ओह कर दूंगा। फिर इस करके तुसी मर्डर करन दा कारण नहीं पता चलिया जी? कारण दा जी सानू तां जे कोई पता नहीं, लेकिन सानू महसूस हुंदा है पिछे कि कारण निकलेगा, इहदे पिछे कोई हाथ होवेगा, कोई पैसे दे के कराया जा सकदा है। कारण इहने की कीता होगा जां जिहड़ा पता नहीं जी, इहदा सानू किसे ने किसे उस बंदे ने, ओह बंदा वी बड़ा शरीफ सी, रात नूं इत्थे सारे बंदे नूं शाह दिंदे रहे, इह बंदा इहो जिहा है ही नहीं। ਜਿਹੜੇ ਬੰਦੇ ਦੀ ਸੀਸੀਟੀਵੀ ਫੋਟੋ ਆਈ ਹੈ ਉਧਰਲੇ ਪਾਸੇ ਉਹਦਾ ਘਰ ਹੈ, ਪਿੰਡ ਦੇ ਦੂਸਰੇ ਪਾਸੇ ਉਹਦੇ ਨਾਲ ਆਉਣ ਨੇ ਕੋਈ ਜਾਣ ਨਹੀਂ, ਜਾਣ ਨਹੀਂ ਬਹਿ ਨਹੀਂ ਉੱਠ ਨਹੀਂ ਪਾਣੀ ਜਾਣਾ, ਉਹਦੇ ਨਾਲ ਕੋਈ ਰਿਲੇਸ਼ਨ ਨਹੀਂ ਹੈ ਕਿ ਬੰਦੇ ਕਾਰਨ ਕੋਈ ਜ਼ਰੂਰ ਨਿਕਲੇਗਾ ਚਾਹੀਦਾ ਜੀ। ਅੱਜ ਸਾਹਮਣੇ ਆਏਗਾ, ਸਾਨੂੰ ਪਤਾ ਲੱਗਿਆ ਸੀ ਵੀ ਰਾਤ ਪਰ ਤੇ ਨਿਕਲਦੇ ਆ ਜੀ, ਜੇ ਅੱਜ ਇਹਦੇ ਨਾਲ ਹੋ ਸਕਿਆ ਜੀ ਗਰੀਬ ਬੰਦੇ ਨਾਲ, ਕੱਲ ਫੜਨਾ ਵੀ ਹੋ ਸਕਦਾ ਜੀ, ਇਸ ਤਰ੍ਹਾਂ ਵੀ ਹੋ ਸਕਦਾ ਜੀ, ਇਹ ਸੱਚ ਸਾਹਮਣੇ ਆਉਣਾ ਚਾਹੀਦਾ ਜੀ। ਅਗਰ ਵੀਡੀਓ ਵਿੱਚ ਮੈਨੂੰ ਫੋਟੋ ਖਿੱਚ ਕੇ ਭੇਜੀ ਮੈਂ ਜੋੜਖੇੜੇ ਚ ਮੀਆਂ ਬੀਬੀ ਦਾ ਜਿਹੜਾ ਮਰਡਰ ਹੋਇਆ, ਇਸ ਬਾਰੇ ਆਪਾਂ ਕਿੰਨੇ ਬੰਦੇ ਗ੍ਰਿਫਤਾਰ ਕੀਤੇ, ਕਿੰਨੇ ਬੰਦਿਆਂ ਦੇ ਪਰਚਾ ਦਰਜ ਕੀਤਾ ਜੀ? ਇਹਦੀ ਜਿਹੜੇ ਇੱਥੇ ਚੁੜਖੇੜੇ ਪਰਸ਼ੋਤਮ ਸਿੰਘ ਅਤੇ ਉਹਨਾਂ ਦੀ ਵਾਈਫ ਸੁਖਦੀਪ ਕੌਰ, ਉਹਨਾਂ ਦੋਨਾਂ ਦਾ ਮਰਡਰ ਹੋ ਗਿਆ ਸੀ। ਤਾਂ ਉਸ ਸੰਬੰਧ ਦੇ ਵਿੱਚ ਪਹਿਲਾਂ ਇਹ ਬਲਾਈਂਡ ਸੀਗਾ ਸਾਰਾ ਕੇਸ, ਅਤੇ ਆਪਣੇ ਡੀ ਐੱਸ ਪੀ ਸਾਹਿਬ ਬੋਰਜੀ ਅਤੇ ਜਿਹੜੇ ਐੱਸ ਐੱਚ ਓ ਸਾਹਿਬ ਅਤੇ ਇਹਨਾਂ ਦੀ ਟੀਮ ਨੇ ਕਾਫੀ ਮਿਹਨਤ ਕੀਤੀ। ਮਿਹਨਤ ਦੇ ਨਾਲ ਇਹਨਾਂ ਨੇ ਜਦੋਂ ਟਰੇਸ ਕੀਤਾ ਕੇਸ, ਉਹਦੇ ਵਿੱਚ ਇਹਨਾਂ ਨੇ ਬਲਦੇਵ ਸਿੰਘ ਸਾਰਾ ਏਲੀਅਸ ਗੱਗੀ ਸਾਹਿਬ ਕਪੂਰ ਸਿੰਘ ਝੁੜਕਲਾਂ ਦਾ ਹੀ ਹੈ, ਝੁੜਖੇੜੇ ਦਾ ਹੀ ਹੈ, ਅਤੇ ਉਹਨੂੰ ਗ੍ਰਿਫਤਾਰ ਕੀਤਾ ਇਸ ਕੇਸ ਦੇ ਵਿੱਚ, ਅਤੇ ਉਹ ਇਹਨਾਂ ਦੀ ਕਾਮਯਾਬੀ ਹੈ। ਨਹੀਂ ਇਹ ਵਜ੍ਹਾ ਰੰਜਿਸ਼ ਕੀ ਜੀ ਮਰਡਰ ਦੇ ਕੇਸ ਦੀ? ਇਹਦੇ ਵਿੱਚ ਉਸਨੂੰ ਜਿਹੜਾ ਅਕਿਊਜ਼ਡ ਹੈ ਬਲਦੇਵ ਸਿੰਘ, ਉਹਨੂੰ ਸ਼ੱਕ ਸੀਗਾ ਵੀ ਇਹਦੇ ਉਸਦੇ ਪਤਨੀ ਦੇ ਨਾਲ ਕੋਈ ਸੰਬੰਧ ਹੈ, ਜਾਂ ਉਸਨੂੰ ਇਹ ਉੱਧਰ ਆਉਂਦਾ ਜਾਂਦਾ, ਉਸਨੂੰ ਇਹ ਸ਼ੱਕ ਸੀ। ਉਸ ਸ਼ੱਕ ਦੇ ਵਿੱਚ ਉਹਨੇ ਇਹਦਾ ਜਾ ਕੇ ਮਰਡਰ ਕੀਤਾ। ਜਦੋਂ ਉਹਦੇ ਸੱਟ ਮਾਰੀ ਆਪਣੇ ਪਰਸ਼ੋਤਮ ਦੇ, ਉਸਦੀ ਵਾਈਫ ਜਾ ਗਈ, ਅਤੇ ਉਸ ਤੋਂ ਬਾਅਦ ਇਹਨੇ ਉਹਦੇ ਵਾਈਫ 'ਤੇ ਵੀ ਵਾਰ ਕੀਤਾ, ਉਹਨੂੰ ਮਾਰ ਦਿੱਤਾ, ਅਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜੀ? ਹਾਂਜੀ ਹਾਂਜੀ, ਗ੍ਰਿਫਤਾਰ ਕਰ ਲਿਆ। ਓਕੇ, ਬਲਦੇਵ ਸਿੰਘ ਪੁੱਤਰ ਕਪੂਰ ਸਿੰਘ ਅਦਾਲਤ ਮੇਂ ਪੇਸ਼ ਕੀਆ ਗਿਆ, ਜੋ ਪੁਲਿਸ ਰਿਮਾਂਡ ਹੈ। ਸਰ ਕਿੰਨੇ ਦਿਨ ਦਾ ਪੁਲਿਸ ਰਿਮਾਂਡ ਲਿੱਤਾ ਹੈ? ਦੋ ਦਿਨ। ਅਤੇ ਪੋਸਟਮਾਰਟਮ ਕਰਵਾ ਦਿੱਤਾ ਗਿਆ ਜੀ? ਹਾਂਜੀ ਸਰ। ਚਮਤਕਾਰ ਹੁੰਦੇ ਨੇ, ਵੇਖੋ ਆਪਣੀ ਅੱਖਾਂ ਸਾਹਮਣੇ, 3 ਘੰਟੇ 'ਚ ਹਰ ਪਰੇਸ਼ਾਨੀ ਦਾ ਹੱਲ। ਸੱਤ ਇਲਮਾਂ ਦੇ ਮਾਹਿਰ ਸਲੀਮ ਖਾਨ, ਮੇਰੇ ਕਿਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ, ਮਨਚਾ ਪਿਆਰ, ਪਤੀ ਪਤਨੀ 'ਚ ਅਨਬਣ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ 'ਚ ਦਵਾ ਦਾ ਨਾ ਲੱਗਣਾ, ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੋ ਉਸ ਨੂੰ ਆਪਣੇ ਵਸ਼ ਵਿੱਚ ਕਰੋ, ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕ, ਧੋਖੇਬਾਜ਼ ਪ੍ਰੇਮੀ ਪ੍ਰੇਮਿਕਾ ਸੌਤਨ ਦੁਸ਼ਮਣ ਨੂੰ ਆਪਣੀ ਅੱਖਾਂ ਸਾਹਮਣੇ ਤੜਫਦਾ ਦੇਖੋ, ਅੱਜ ਹੀ ਫੋਨ ਕਰੋ ਤੇ ਸਮਾਧਾਨ ਪਾਓ। ਸਲੀਮ ਖਾਨ, ਮੋਬਾਈਲ ਨੰਬਰ 9521727350।